ਕਿਨਾਂ ਮੈਂ ਮਾਂ ਦੇ ਰੋਲ ਦੀ ਗੱਲ ਕੀਤੀ ਸੀ ਅੱਜ ਮੈਂ ਕਿਹਾ ਮੇਰੀਓ ਭੈਣੋ ਹੋਰ ਕੁਛ ਨਹੀਂ ਆਪਣੇ ਬੱਚਿਆਂ ਦੇ ਨਾਮ ਕਰਨੀ ਕਿਤੇ ਸਿੱਖਾਂ ਵਾਂਗ ਕਰਨੇ ਸ਼ੁਰੂ ਕਰ ਦੋ ਸਾਡੇ ਘਰਾਂ 'ਚ ਤਾਂ ਸਿੱਖਾਂ ਵਾਲੇ ਨਾਮ ਵੀ ਮੁੱਕ ਗਏ ਘਰਾਂ 'ਚ ਜਾਈਦਾ ਮੈਂ ਅੱਗੇ ਵੀ ਦੋ ਤਿੰਨ ਵਾਰੀ ਗੱਲ ਕੀਤੀ ਹੈ ਬੜਾ ਪਿਆਰਾ ਗੁਰਸਿੱਖ ਬੱਚਾ ਹੁੰਦਾ ਤੇ ਮਾਂ ਨਾਮ ਲੈ ਕੇ ਆਵਾਜ਼ ਮਾਰੂਗੀ ਪਿੰਕੀ ਪੁੱਤ ਟੋਨੀ ਸੋਨੀ ਹਰਾਂਜੇ ਰਹਿ ਜਾਈਦਾ ਯਾ ਕਿੰਨਾ ਪਿਆਰਾ ਗੁਰਸਿੱਖ ਨਾਮ ਕੁੜੀਆਂ ਤੋਂ ਹੀ ਮਾੜਾ ਤੁਸੀਂ ਕਿਤੇ ਇਸਲਾਮ ਦੇ ਘਰਾਂ ਚ ਜਾ ਕੇ ਵੇਖੋ ਇੱਕ ਪਹਿਲੀ ਸਿੱਖ ਕੌਮ ਹੈ ਜਿਹੜੇ ਮੁੰਡਿਆਂ ਦੇ ਨਾਂ ਕੁੜੀਆਂ ਵਾਲੇ ਰੱਖਦੀ ਹੈ ਇਸਲਾਮ 'ਚ ਜਾ ਕੇ ਵੇਖੋ ਤੁਸੀਂ ਕਿਵੇਂ ਦੇ ਨਾਮ ਨੇ ਉਹਨਾਂ ਦੇ ਉਹਨਾਂ ਦੇ ਨਾਮ ਆਪਣੇ ਧਰਮ ਦੀ ਨੁਮਾਇੰਦਗੀ ਕਰਦੇ ਨੇ ਧਰਮ ਦੇ ਅਸੂਲਾਂ ਦੀ ਧਰਮ ਦੇ ਜ਼ਰਨੈਲਾਂ ਦੀ ਨੁਮਾਇੰਦਗੀ ਕਰਦੇ ਨੇ ਮਾਫ ਕਰਨਾ ਅਸੀਂ ਨਾਮ ਕਰਨ ਤੇ ਆਪਣੀ ਗੁਰਮਤ ਮਰਿਆਦਾ ਦੇ ਵਿੱਚੋਂ ਗੁਰਮਤ ਦੇ ਅਨੁਸਾਰ ਕਰੀਏ ਜੋ ਸਾਡੀ ਸਿੱਖ ਰਹਿਤ ਮਰਿਆਦਾ 'ਚ ਲਿਖਿਆ ਹੋਇਆ ਹੈ ਇਨਕ ਤੇ ਮੰਨ ਲਈਏ ਮਹਾਰਾਜ ਰਹਿਜਣਾ ਨਾਮ ਦੀ ਇੱਕ ਆਪਣਾ ਬਹੁਤ ਵੱਡਾ ਮਨੋਵਿਗਿਆਨਕ ਪੱਖ ਹੁੰਦਾ ਜੇ ਉਸ ਵਾਸੇ ਤੋਂ ਸਰ ਬਲੰਦ ਖਾਨ ਚੜ੍ਹ ਕੇ ਆਉਂਦਾ ਸੀ ਅੱਗੇ ਬਘੇੜ ਸਿੰਘ ਖੜਾ ਸੀ ਜੇ ਜਮਾਨ ਖਾਨ ਆਉਂਦਾ ਸੀ ਕਿ ਦੀਪ ਸਿੰਘ ਖੜਾ ਸੀ ਜੇ ਸ਼ਾਹ ਜਮਾਨ ਆਉਂਦਾ ਸੀ ਕਿ ਰਣਜੀਤ ਸਿੰਘ ਖੜਾ ਸੀ ਅਬਦਾਲੀ ਆਉਂਦਾ ਸੀ ਅੱਗੇ ਚੜ੍ਹ ਸਿੰਘ ਖੜਾ ਸੀ ਨਾਦਰ ਸ਼ਾਹ ਆਉਂਦਾ ਸੀ ਅੱਗੇ ਬੁੱਢਾ ਸਿੰਘ ਤੇ ਬੁੱਧ ਸਿੰਘ ਖੜੇ ਸੀ ਨਾਵਾਂ ਦਾ ਆਪਣਾ ਇੱਕ ਪ੍ਰਭਾਵ ਹੁੰਦਾ ਹੈ ਹੁਣ ਜਦੋਂ ਰਣਜੀਤ ਸਿੰਘ ਸ਼ਾਹ ਜਮਾਨ ਨੂੰ ਵੰਗਾਰਦਾ ਉਹਦੀ ਵੰਗਾਰ ਨੂੰ ਸੁਣੋ ਸੰਬਨਪੁਰਜ ਦੇ ਥੱਲੇ ਖਲੋ ਕੇ 52 ਫਾਇਰ ਕਰਨ ਤੋਂ ਬਾਅਦ ਕਹਿੰਦਾ ਅਹਿਮਦ ਸ਼ਾਹ ਅਬਦਾਲੀ ਦੇ ਪੁੱਤਰ ਆ ਬਾਹਰ ਨਿਕਲ ਤੈਨੂੰ ਚੜ੍ਹ ਸਿੰਘ ਦਾ ਪੁੱਤਰ ਅਰਨਜੀਤ ਸਿੰਘ ਵੰਗਾਰ ਦਾ ਹੀ ਤੇ ਜੇ ਅੱਜ ਵਰਗੇ ਨਾ ਹੁੰਦੇ ਵੰਗਾਰ ਬਣਦੀ ਆ ਬਾਹਰ ਨਿਕਲ ਤੈਨੂੰ ਸੋਨੀ ਦਾ ਮੁੰਡਾ ਟੋਟੀ ਟੀਟੂ ਵੰਗਾਰ ਦਾ ਹੀ ਗੱਲ ਨਹੀਂ ਬਣਦੀ ਸਮਝੋ ਆਪਣੇ ਨਾਵਾਂ ਨੂੰ ਸਮਝੋ ਆਪਣੇ ਵਿਚਾਰਧਾਰਕ ਪੱਖ ਨੂੰ ਵਕਤ ਮੈਂ 2-4 ਮਿੰਟ ਉੱਪੇ ਲੱਗਾ ਖਿਮਾ ਦਾ ਜਾਚਕਿਆਂ ਇੰਨੀਆਂ ਬੇਨਤੀਆਂ ਪ੍ਰਵਾਨ ਫਤਿਹ ਦੀ ਸਾਂਝ ਗੱਜ ਕੇ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ